ਦੇਸ਼ ਦੇ ਕਿਸੇ ਵੀ ਇਲੈਕਟਡ ਮੈਂਬਰ ਨੂੰ ਜਦੋਂ ਕੋਈ ਦੂਜਾ ਮੁਲਕ ਐਂਟਰੀ ਨਹੀਂ ਦਿੰਦਾ, ਉਸ ਨੂੰ ਵਾਪਸ ਭੇਜ ਦਿੰਦਾ ਹੈ, ਤਾਂ ਇਹ ਸਿਰਫ ਮਾਮਲਾ ਇੱਕ ਪਾਰਟੀ ਨਾਲ ਸੰਬੰਧਿਤ, ਇੱਕ ਸੂਬੇ ਦੇ ਨਾਲ ਸੰਬੰਧਿਤ ਨਹੀਂ ਰਹਿ ਜਾਂਦਾ, ਪੂਰੇ ਮੁਲਕ ਦੀ ਸਾਖ ਇਹਦੇ ਨਾਲ ਜੁੜੀ ਹੁੰਦੀ ਹੈ। ਤਾਜ਼ਾ ਮਾਮਲੇ ਦੇ ਵਿੱਚ ਕੈਨੇਡਾ ਗਏ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਔਰ ਅਮਰਜੀਤ ਸਿੰਘ ਸੰਧੋਆ, ਜੋ ਕਿ ਰੋਪੜ ਤੋਂ ਨੇ, ਕੁਲਤਾਰ ਸਿੰਘ ਜੋ ਕੋਟਕਪੂਰਾ ਤੋਂ ਵਿਧਾਇਕ ਨੇ, ਉਹਨਾਂ ਨੂੰ ਕੈਨੇਡਾ ਦੀ ਸਰਕਾਰ ਦੇ ਵੱਲੋਂ ਏਅਰਪੋਰਟ ਤੋਂ ਹੀ ਵਾਪਸ ਭੇਜਿਆ ਗਿਆ, ਤਾਂ ਵਿਵਾਦ ਬਹੁਤ ਭਖਿਆ। ਇਸ ਪੂਰੇ ਮਾਮਲੇ ਦੇ ਉੱਤੇ ਲੁਧਿਆਣਾ ਦੇ ਅਮਨਦੀਪ ਸਿੰਘ ਬੈਂਸ ਦੇ ਵੱਲੋਂ ਕਲੇਮ ਕੀਤਾ ਗਿਆ ਕਿ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕੈਨੇਡਾ ਸਰਕਾਰ ਨੂੰ, ਜਿਸ ਤੋਂ ਬਾਅਦ ਇਹ ਜਿਹੜਾ ਮਾਮਲਾ ਸਾਹਮਣੇ ਆਇਆ, ਵਾਪਸੀ ਜਿਹੜੀ ਹੋਈ ਹੈ ਵਿਧਾਇਕਾਂ ਦੀ, ਇਸ ਕਰਕੇ ਹੋਈ ਹੈ। ਸਾਡੇ ਨਾਲ ਨੇ ਇਸ ਵੇਲੇ ਅਮਨਦੀਪ ਸਿੰਘ ਬੈਂਸ ਸਾਹਿਬ, ਡੈਂਟਿਸਟ ਨੇ ਪੇਸ਼ੇ ਤੋਂ, ਗੱਲਬਾਤ ਕਰਦੇ ਹਾਂ। ਬੈਂਸ ਸਾਹਿਬ, ਕੀ ਕਾਰਨ ਰਿਹਾ ਕਿ ਤੁਹਾਨੂੰ ਕੀ ਜ਼ਰੂਰਤ ਸਮਝੀ ਤੁਸੀਂ, ਜੋ ਇਹ ਸ਼ਿਕਾਇਤ ਤੁਸੀਂ ਕਲੇਮ ਕਰ ਰਹੇ ਹੋ ਤੁਹਾਡੇ ਵੱਲੋਂ ਕੀਤੀ ਗਈ ਹੈ? ਜਿਹੜਾ ਤੁਸੀਂ ਕਿਹਾ ਕਿ ਵੀ ਪੂਰੇ ਮੁਲਕ ਦੀ ਸਾਖ ਜਿਹੜੀ ਆ ਉਹ ਇਸ ਕਰਕੇ ਲੱਗੀ ਹੁੰਦੀ ਹੈ ਦਾਅ 'ਤੇ, ਮੈਂ ਇਹਦੇ ਨਾਲ ਸਹਿਮਤ ਹਾਂ। ਔਰ ਜਦੋਂ ਇਹ ਦਾਅ 'ਤੇ ਲੱਗਣ ਦਾ ਕਾਰਨ ਇਹ ਹੁੰਦਾ ਵੀ ਜਦੋਂ ਕਿਸੇ ਅਹਿਮ ਅਹੁਦੇ 'ਤੇ ਕਿਸੇ ਐਸੇ ਬੰਦੇ ਨੂੰ ਅਸੀਂ ਪਹੁੰਚਾ ਦਿੰਦੇ ਹਾਂ ਕਿ ਜਿਹਦੇ ਕਰਕੇ ਲੱਗਦੀ ਹੈ, ਮੈਂ ਇਹਦੇ ਵਿੱਚ ਕੰਪਲੇਨੈਂਟ ਹਾਂ। ਔਰ ਕੈਨੇਡਾ ਦਾ ਜਿਹੜਾ ਸਿਸਟਮ ਹੈ ਉਹ ਇੰਨਾ ਕੁ ਰੋਬਸਟ ਆ, ਜੇ ਮੈਂ ਨਾ ਕੰਪਲੇਂਟ ਕਰਦਾ ਜਾਂ ਕੋਈ ਵੀ ਨਾ ਕਰਦਾ, ਸ਼ਾਇਦ ਸੂਓ ਮੋਟੋ ਨੋਟਿਸ ਜਿਹੜਾ ਆ ਉਹ ਵੀ ਉੱਥੇ ਲਿਆ ਜਾ ਸਕਦਾ ਸੀ। ਅਤੇ ਦੂਸਰੀ ਗੱਲ, ਜਿਹੜਾ ਇਹਨਾਂ ਦੀ ਜਿਹੜੀ ਕੰਪਲੇਂਟ ਆ ਉਹਦਾ ਕਰਨ ਦਾ ਕਾਰਨ ਇਹ ਸੀ ਵੀ ਇਹ ਕੋਈ ਪਹਿਲੇ ਦਿਨ ਨਹੀਂ ਆ ਵੀ ਅਸੀਂ ਕੰਪਲੇਂਟ ਕੀਤੀ ਆ। ਜਦੋਂ ਵੀ ਕੋਈ ਚੀਜ਼ ਕਿਸੇ ਵੀ ਅਦਾਰੇ 'ਚ ਤੁਸੀਂ ਹੁੰਦੇ ਹੋ ਤਾਂ ਤੁਹਾਡਾ ਇੱਕ ਫਰਜ਼ ਬਣਦਾ ਹੁੰਦਾ ਆ ਆਪਣੀ ਜ਼ਮੀਨ ਦੇ ਲਈ, ਸਰ ਜ਼ਮੀਨ ਦੇ ਲਈ, ਕਿਉਂਕਿ ਕਿਸੇ ਵੀ ਰਾਜਨੀਤਿਕ ਪਾਰਟੀ ਹੋਣ ਦਾ ਪਹਿਲਾ ਕਾਰਨ ਤੁਹਾਡੇ ਆਪ ਦੇ ਸ਼ਹਿਰ ਦਾ, ਪਿੰਡ ਦਾ, ਜ਼ਿਲ੍ਹੇ ਦਾ ਜਾਂ ਤੁਹਾਡੀ ਸਟੇਟ ਦਾ ਜਿਹੜਾ ਆ ਸੁਧਾਰ ਹੁੰਦਾ ਹੈ। ਸੋ ਮੈਨੂੰ ਮੌਕਾ ਮਿਲਿਆ, ਇਸ ਪਾਰਟੀ ਦਾ ਮੈਂ ਮੈਂਬਰ ਸੀ, ਪਾਰਟੀ ਦੇ ਮੈਂਬਰ ਰਹਿੰਦਿਆਂ ਜਦੋਂ ਪਤਾ ਲੱਗਾ ਵੀ ਇਹਦੀ ਜਿਹੜੀ ਬੰਦੇ ਦਾ ਪਿਛੋਕੜ ਇਹੋ ਜਿਹਾ ਆ, ਉਹਦੇ ਅਗੇਂਸਟ ਇਹੋ ਜਿਹੇ ਸਬੂਤ ਆਏ ਆ, ਅਤੇ ਇੱਕ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਇੱਕ ਗੱਲ ਸੀ ਵੀ ਜਿਹੜੀ ਗੱਲ ਪਿੰਡ ਨੂੰ ਪਤਾ ਹੈ, ਸਾਰੇ ਰੋਪੜ ਨੂੰ ਪਤਾ ਆ, ਹੁਣ ਸਾਨੂੰ ਉਸ ਪਾਰਟੀ ਦੇ ਵਿੱਚ ਰਹਿੰਦਿਆਂ ਸਾਨੂੰ ਪਤਾ ਲੱਗੀ ਆ ਵੀ ਉੱਪਰ ਤੱਕ ਕਿਉਂ ਨਹੀਂ ਪਹੁੰਚਦੀ। ਜਿਵੇਂ ਗੱਲ ਕੀ ਸੀ, ਕੀ ਮੈਟਰ ਕੀ ਹੈ ਜਿਹਦੇ ਖਿਲਾਫ਼ ਤੁਸੀਂ ਜਿਹੜਾ ਕੰਪਲੇਂਟ 'ਚ ਲਿਖਿਆ ਹੈ, ਉਹ ਮਾਮਲਾ ਹੈ ਕਿ ਜਿਹੜਾ ਸੰਧੋਆ ਦੇ ਖਿਲਾਫ਼ ਹੈ, ਚਾਹੇ ਕੁਲਤਾਰ ਸਿੰਘ ਸੰਧਵਾ ਦੇ ਖਿਲਾਫ਼ ਹੈ? ਕੁਲਤਾਰ ਸਿੰਘ ਸੰਧਵਾ ਦੇ ਖਿਲਾਫ਼ ਜਿਹੜਾ ਮਾਮਲਾ ਆ ਉਹਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਜਿਹੜੀ ਮੇਰੇ ਕੋਲ ਜਾਣਕਾਰੀ ਹੈ, ਜਿਹੜੀ ਸਾਡੇ ਵੱਲੋਂ ਕੰਪਲੇਂਟ ਗਈ ਹੈ, ਉਹ ਅਮਰਜੀਤ ਸੰਧੋਆ ਦੇ ਖਿਲਾਫ਼ ਗਈ ਆ। ਉਹਦੇ ਵਿੱਚ ਇਹਦਾ ਪਹਿਲਾਂ ਤਾਂ MLA ਕੈਂਡੀਡੇਟ ਅਰਵਿੰਦ ਕੇਜਰੀਵਾਲ ਜੀ ਵੱਲੋਂ ਬਣਾਉਣਾ ਜਿਹੜਾ ਆ ਉਹ ਗਲਤ ਸੀ, ਕਿਉਂਕਿ ਇੱਕ ਕ੍ਰੈਡੀਬਿਲਿਟੀ ਦੇ ਆਧਾਰ 'ਤੇ ਤੁਹਾਨੂੰ ਵੋਟਾਂ ਮਿਲ ਜਾਣੀਆਂ ਸੀ ਔਰ ਤੁਹਾਡੇ ਕੁਛ ਬੰਦੇ ਜ਼ਰੂਰ ਜਿੱਤਣੇ ਸੀ ਜਿੰਨੇ ਤੁਹਾਡੇ ਬੰਦੇ ਜਿੱਤੇ ਆ, ਪਰ ਫਰਜ਼ ਇੱਕ ਇਮਾਨਦਾਰ ਕੈਂਡੀਡੇਟ ਜਿਹੜਾ ਦੇਣਾ ਆ, ਚਾਹੇ ਕਿਤੇ ਵੀ ਲਿਆ ਕੇ ਦਿਓ, ਤੁਹਾਡਾ ਬਣਦਾ ਸੀ। ਉਸ ਵੇਲੇ ਤੁਹਾਨੂੰ ਦੱਸਿਆ ਵੀ ਗਿਆ ਕੇਜਰੀਵਾਲ ਜੀ ਨੂੰ, ਜਾ ਕੇ ਉਹ ਡਾਕੂਮੈਂਟ ਜੋ ਅਵੇਲੇਬਲ ਹੁੰਦੇ ਆ ਉਹ ਵੀ ਦਿੱਤੇ ਗਏ। ਹੋ ਸਕਦਾ ਕੁਛ ਕਾਰਨਾਂ ਕਰਕੇ ਜਿਹੜੀ ਉਸ ਵੇਲੇ ਅਦਾਲਤੀ ਕਾਰਵਾਈ ਹੈ ਜਿਹੜੀ ਉਹ ਦੂਸਰੀ ਧਿਰ ਨਾਲ ਲੜ ਸਕੀ ਹੋਵੇ, ਜਾਂ ਹੋ ਸਕਦਾ ਕੋਈ ਕੰਪਰੋਮਾਈਜ਼ ਹੋਇਆ ਹੋਵੇ, ਬਟ ਅਖਬਾਰਾਂ 'ਚ ਆਉਣਾ ਔਰ ਮੈਡੀਕੋ ਲੀਗਲ ਦਾ ਰਿਪੋਰਟ ਦਾ ਹੋਣਾ ਇੱਕ ਕ੍ਰੈਡੀਬਿਲਿਟੀ 'ਤੇ ਸ਼ੱਕ ਜ਼ਰੂਰ ਪੈਦਾ ਕਰਦਾ ਹੈ। ਮਾਮਲਾ ਕੀ ਸੀ, ਥੋੜ੍ਹਾ ਮਾਮਲਾ ਡਿਟੇਲ ਦੇ ਵਿੱਚ ਦੱਸ ਦਿਓ, ਕਿਹੜਾ ਮਾਮਲਾ ਹੈ ਸੰਧੋਆ ਦੇ ਖਿਲਾਫ਼ ਜਿਹੜਾ ਤੁਹਾਡੇ ਕੋਲ ਪਹੁੰਚਿਆ, ਤੁਸੀਂ ਕੇਜਰੀਵਾਲ ਤੱਕ ਵੀ ਲੈ ਕੇ ਗਏ ਸੀ ਔਰ ਹੁਣ ਤੁਸੀਂ ਕੈਨੇਡਾ ਦੀ ਸਰਕਾਰ ਨੂੰ ਜਿਹੜੀ ਸ਼ਿਕਾਇਤ ਕੀਤੀ ਹੈ? ਹਾਂਜੀ, ਜਿਹੜਾ 2010 ਦੇ ਵਿੱਚ ਮਾਮਲਾ ਸੀ ਉਹਦੇ ਵਿੱਚ ਇੱਕ ਮੈਡੀਕੋ ਲੀਗਲ ਰਿਪੋਰਟ ਆਈ ਸੀ ਜਿਹਦੇ ਵਿੱਚ ਇੱਕ ਬੱਚੇ ਦੇ ਨਾਲ ਅਣਮਨੁੱਖੀ ਵਤੀਰਾ ਕਰਨ ਦੇ ਇਲਜ਼ਾਮ ਸਨ। ਉਹਦੇ ਵਿੱਚ ਕੋਈ ਸਕਰਿਊ ਡਰਾਈਵਰ, ਪੇਚਕਸ ਵਰਗੀ ਚੀਜ਼ ਵੀ ਉਹਦੇ ਸਰੀਰ ਵਿੱਚ ਧੱਕੀ ਗਈ ਸੀ ਔਰ ਉਹ ਮੈਡੀਕੋ ਲੀਗਲ ਰਿਪੋਰਟ ਦੇ ਤੋਂ ਪਤਾ ਲੱਗਦਾ। ਉਸ ਮਾਮਲੇ 'ਚ ਸੰਧੋਆ ਦਾ ਨਾਮ ਸੀ? ਹਾਂਜੀ, ਉਹ ਜਿਹੜੇ ਇਲਜ਼ਾਮ ਸੀ ਉਹ ਇਹਦੇ 'ਤੇ ਹੀ ਲੱਗੇ ਸੀ ਔਰ ਜਦੋਂ ਇਹਦੀ ਕੈਂਡੀਡੇਟ ਐਜ਼ ਏ ਕੈਂਡੀਡੇਟ ਨਾਮ ਇਹਦਾ ਆਉਂਦਾ ਆ, ਉਸ ਤੋਂ ਬਾਅਦ ਇਸੇ ਏਰੀਏ ਤੋਂ, ਪਿੰਡ ਤੋਂ, ਜਿੱਥੋਂ ਵੀ ਉਹ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾਈ ਸੀ ਔਰ ਜਦੋਂ ਸਾਡੇ ਤੱਕ ਆਈ, ਸਾਡੇ ਕੋਲ ਉਹਨੂੰ ਵੇਰੀਫਾਈ ਕਰਨ ਦਾ ਤਰੀਕਾ ਤਾਂ ਨਹੀਂ ਸੀ, ਪਰ ਸਾਡਾ ਦੱਸਣ ਦਾ ਫਰਜ਼ ਜਿਹੜਾ ਆ ਉਹ ਜ਼ਰੂਰ ਬਣਦਾ ਸੀ ਵੀ ਇਹ ਕੈਂਡੀਡੇਟ ਜਿਹੜਾ ਤੁਸੀਂ ਦਿੱਤਾ ਆ ਇਹਦੀ ਵੇਰੀਫਿਕੇਸ਼ਨ ਕਰਨੀ ਚਾਹੀਦੀ ਹੈ ਔਰ ਸਾਨੂੰ ਲੱਗਦਾ ਸੀ ਉਹ ਕਹਿਣਗੇ ਅਸੀਂ ਵੇਰੀਫਾਈ ਕਰਾਵਾਂਗੇ, ਬਟ ਉਹਨਾਂ ਦਾ ਕਹਿਣਾ ਇਹ ਸੀ ਵੀ ਇਹਦੇ ਨਾਲ ਤੁਹਾਡੀ ਕ੍ਰੈਡੀਬਿਲਿਟੀ ਘੱਟਦੀ ਹੈ। ਸੋ ਸਾਡੀ ਲੜਾਈ ਉਸ ਤੋਂ ਬਾਅਦ ਲਗਾਤਾਰ, ਜਦੋਂ ਵੀ ਕੋਈ ਇਹੋ ਜਿਹੀ ਗੱਲ 'ਚੋਂ ਆਪਾਂ ਨਿਕਲਦੇ ਹਾਂ ਅਤੇ ਆਪਣਾ ਪੁਆਇੰਟ ਪ੍ਰੂਵ ਕਰਨ ਦਾ ਹਰ ਬੰਦੇ ਨੂੰ ਹੱਕ ਹੁੰਦਾ ਆ, ਅਤੇ ਇਹਨਾਂ ਨੂੰ ਅਸੀਂ MLR ਰਿਪੋਰਟ ਦਿੱਤੀ ਸੀ ਔਰ ਕੈਨੇਡੀਅਨ ਸਰਕਾਰ ਨੂੰ ਅਸੀਂ ਸਿਰਫ ਇੱਕ ਚਿੱਠੀ ਲਿਖੀ ਆ ਔਰ ਉਸ ਚੀਜ਼ ਨੂੰ ਉਹਦਾ ਸਪਸ਼ਟੀਕਰਨ ਜਿਹੜਾ ਦੇਣਾ ਆ ਉਹ ਅਮਰਜੀਤ ਸੰਧੋਏ ਦਾ ਬਣਦਾ, ਉਹ ਸਾਡਾ ਨਹੀਂ ਬਣਦਾ ਔਰ ਅੱਜ ਤੱਕਰ ਵੀ ਅਮਰਜੀਤ ਸੰਧੋਏ ਨੇ ਉਹਦੇ ਵਿੱਚ ਕੋਈ ਡਿਨਾਈ ਨਹੀਂ ਕੀਤਾ ਉਹਨਾਂ ਚਾਰਜਿਸ ਨੂੰ ਵੀ ਉਹ ਕਿਉਂ ਸੀ ਉਹ MLR ਰਿਪੋਰਟ। ਤੁਹਾਨੂੰ ਕੀ ਲੱਗਦਾ ਹੁਣ ਇਹ ਜਦੋਂ ਤੁਸੀਂ ਚਿੱਠੀ ਲਿਖੀ ਹੈ ਉਸ ਚਿੱਠੀ ਦੇ ਵਿੱਚ ਕੀ ਮੈਂਸ਼ਨ ਕੀਤਾ ਤੁਸੀਂ, ਜੇ ਸਾਡੇ ਨਾਲ ਡਿਸਕਸ ਕਰ ਸਕੋ ਕਿ ਕੀ ਖਾਸ ਪੁਆਇੰਟਸ ਤੁਸੀਂ ਮੈਂਸ਼ਨ ਕੀਤੇ ਨੇ?
हाँ जी, साडा एक उहदे विच की सी कि असी पहलां तो मैं ह्यूमन राइट्स का स्टूडेंट भी हाँ, उहदे विच असी उहनां दे लॉ नूं स्टडी कीता सी कि किहड़े किहड़े कारणां करके असी अपना पॉइंट जिहड़ा आ उहनां दे मूहरे रख सकते हैं और केजरीवाल तक अपनी आवाज़ पहुँचा सकते हैं भी जो उन्होंने किया वह सही नहीं आ। उहदे विच एक सीधे पद्धरे सैक्शुअल असॉल्ट वायलेंस अगेंस्ट वूमेन ये दो जिहड़े मेजर तौर पर जिहड़े पॉइंट आ उहदे विचों निकल के आउंदे सी और असी जिहड़ी अपनी कंप्लेंट आ उहदे ते आधार बना के उहनां नूं भेजी सी। उस तो बाद थोनू लगता है कि थोड़ी कंप्लेंट के बेसिस के उत्ते ही कैनेडा की सरकार ने या कैनेडा की पुलिस ने इस तरह किया? देखो जदों असी नॉर्मली कंप्लेंट करते हैं असी तीन अदारियां नू कंप्लेंट की है, एक तो यूके दी सॉरी कैनेडा दी बॉर्डर एजेंसी है, एक उन्होंने की है, एक इमीग्रेशन मिनिस्टर की है और उस तो बाद दे विच थोड़ी जी लेट एक दिन छड़ के कैनेडा च जिहड़ी ह्यूमन राइट्स बॉडी है एम एन एस टी इंटरनेशनल उन्हों की है। ये मैं ये नहीं कह सकता भी उन्होंने पर्टिकुलरली साड़ी कंप्लेंट का नोटिस लिया या किसी होर ने पहला भी पहुँचाई हुई सी, बट इन्ना जरूर आ क्योंकि असी कंप्लेंट की सी ते मैं इमानदारी नाल इहनू अपनी जिम्मेदारी लैणा समझदा सी क्योंकि असी इहदे विच कंप्लेनेंट हैगे आ ते लोकां नू दसणा बणदा आ भी असी कंप्लेंट ए असी की लगदा है संधोआ उत्थे जवाब नहीं दे सके इस पूरे मामले दे विच तां वापस भेजे गए ने? जी बिल्कुल, उन्होंने कुछ ना कुछ इन्हों तो सवाल किए होंगे, जस्टिफिकेशन मंगी होगी तो जिहदा कि एक तसली बख्श जवाब जिहड़ा आ इन्हां वल्लों नहीं आया होगा। नॉर्मली जिहड़ा इमीग्रेशन का प्रोसीजर आ वह इस तरह चलता। कोई निजी रौला भी है तुहाडा उन्हां दे नाल या फिर सिर्फ एक सोचा कि जे उन्हां दे खिलाफ कंप्लेंट है तो तुसी, क्योंकि हुण उन्हां नूं विधायक बने नूं भी 1.5 साल हो गया लगभग, उस तो बाद भी जे तुसी उन्हां दे ट्रैक रखते हो कि कैनेडा कदों जा रहे हैं कदों की है तो कोई निजी रौला भी है? नहीं निजी रौला नहीं, मैं उन्होंने जानता नहीं ना मैं उन्होंने कदे मिलया हाँ। इन्ना जरूर आ कि मैं जो एंटी करप्शन विंग सी तो मेरे को MLR आई सी तो उस तो बाद उदों भी मैं सोशल मीडिया से लिखा सी, हुण जदों इन्होंने जाना सी साडे जिहड़े वलंटियर आ असी मैं पार्टी दे विच नहीं हाँ बट पार्टी दे विच भी साडे फ्रेंड्स आ कैनेडा दे विच भी फ्रेंड्स आ तो इन्होंने जदों इतों कोर्ट के विचों इन्हों चार्जिज फ्रेम हुए तो कुछ टाइम पहला यह जरूर पता लग गया सी भी ये जा रहे आ तो वह एक साढ़े को मेरे को इस पर्टिकुलरली मौका सी, मैं वो चीज़ दोबारा करना चाहता सी जिहड़ी चीज़ केजरीवाल जी ने नहीं मनी वो एक चिट्ठी दे कनेडियन अथॉरिटीज़ ने मान ली, एक सिंबॉलिक जरूर सी उहदा इन्हां नूं जवाब देना बनता है, असी पहला भी गलत नहीं सी हुण भी गलत नहीं है। सैंड माफिया वाला जिहड़ा हुण मामला होया उसका भी जिक्र किया? सैंड माफिया का मैं जिक्र जरूर किया क्योंकि वो सानू इनपुट मिल गया सी इन्हां दे कॉम्प्रोमाइज़ करन तो पहला और सानू दसण वालियां ने यह भी दस्या सी भी इह जिन्हां दे अगेंस्ट कंप्लेंट की है हुण इह उन्हां नाल कॉम्प्रोमाइज़ करनगे और इह मीडिया तो बचण लई कनेडा चले जाणगे। सो सिद्धी पदरी जी गल आ भी उहदे चों ही काफ़ी गल्लां जिहड़ियां आप साबित हो जांदियां जे इह इन्ने सच्चे आ ते इन्हां नूं कोर्ट दे विच उह सैंड माफिया दे अगेंस्ट लड़ना चाहीदा आ, इह कॉम्प्रोमाइज़ करन दा ते मतलब ही नहीं हुंदा। पर एक सवाल यह भी उठता है ना जे तुसीं सिर्फ संधोआ के खिलाफ ये सारी कंप्लेंट की थी तो कुलतार सिंह संधोआ नूं वापस क्यों भेजा गया? उहदे बारे मैं नहीं कुछ कह सकता क्योंकि ये दो जने इकट्ठे गए सी, हो सकता कि इन्हां दी इंटरोगेशन या इन्वेस्टिगेशन वक्रियां वक्रियां हुई होवे, इन्हां दे सवाल आपस च ना रलदे होण या कुछ मौके ते होया होएगा, मैनूं इहदे बारे जानकारी कोई नहीं। इन्ना वड्डा मुल्क जिहड़ा इन्ना सख्त है वो हरेक बंदे नूं इंडिविजुअली लैंदा होगा ना, जे इकट्ठे गए है तो इकट्ठियां थोड़ी उन्हां नूं पुछगिछ होगी या इकट्ठियां थोड़ी उन्हां दे केसिस नूं रिव्यू करदे होणगे? नहीं उहदे विच ऐ हुंदा कि कई वारी जदों तुसीं गल करन लग्गिआं एक धिर बण जांदे हो भी असीं फलानी पार्टी तो हाँ अपनी पोलीटिकल मीटिंग लई आए जां इकट्ठे आए हाँ तो फिर उहदे विच इह इमीग्रेशन ऑफिसर की ज्यूरिसडिक्शन ते बणदा है कि वह एक ग्रुप ते इकट्ठियां एक्शन लै सकदा है, पर फिर भी मैं चाहूँगा इहदे बारे जवाब ते तुहानूं मिस्टर संधवा जी ही दे सकते हैं मेरा बोलना। पूरे मामले में जो अज तुसी दो जड़े केसेस ने चाहे वह सैंड माफिया का केस होना है पर 2010 वाला जो मामला गल कर रहे हो वो चाइल्ड अब्यूज जिहड़ा होया उहदे च तुसी गल कर रहे हो, तो केजरीवाल ने की जवाब दिता सी जदों ये पूरा मामला उन्हां तक लैके गए सी? उन्होंने हिंदी च दो लाइना कहियां सी, आपको तो हमारे कोई भी बंदे नहीं पसंद है, दूसरा गया सी इससे आपकी क्रेडिबिलिटी कम हो रही है। किहदी क्रेडिबिलिटी कम हो रही है? साडे जिहड़े टीम लीडर सी टीम मैंबर सी उन्हां दा नाम अमनदीप सिंह बोपर आए, वह USA रहिंदे आ उस वेले उत्थे जॉब करदे आ, जॉब छड्ड के उह पार्टी दा इत्थे कम करन लई पूरा 1.5 साल पूरा टाइम कढ के आए सी ते उदों दो जणे उहनां दे नाल होर गए सी ते जदों इन्हां ने डॉक्यूमेंट्स दिखाए क्योंकि इह कोई घरों डॉक्यूमेंट अपने कोलों नहीं सी लैके गए
ਪੂਰੇ ਪੰਜਾਬ ਦੇ ਡਾਕੂਮੈਂਟਸ ਆਏ ਸੀ। ਇਹਨਾਂ ਨੇ ਸਿਰਫ ਉਹ ਪਲੰਦਾ ਜਿਹੜਾ ਸੀ ਚਿੱਠੀਆਂ ਦੀ ਫਾਈਲ ਜਿਹੜੀ ਸੀ ਉਹਨਾਂ ਦੇ ਮੂਹਰੇ ਰੱਖੀ ਸੀ ਵੀ ਆਹ ਚੀਜ਼ਾਂ ਅਸੀਂ ਉੱਥੋਂ ਛਾਣ ਕੇ ਲਿਆਏ ਹਾਂ, ਅਤੇ ਇਹਨਾਂ ਨੇ ਕਿਹਾ ਵੀ ਕ੍ਰੈਡੀਬਿਲਟੀ ਤੁਹਾਡੀ ਘੱਟਦੀ ਆ, ਅਤੇ ਇਹਨਾਂ ਨੇ ਕਿਹਾ ਵੀ ਅਸੀਂ ਆਪਣੀ ਕ੍ਰੈਡੀਬਿਲਟੀ ਦੇ ਲਈ ਨਹੀਂ ਇੱਥੇ ਆਏ, ਅਸੀਂ ਤਾਂ ਪੰਜਾਬ ਲਈ ਆਏ ਹਾਂ, ਬੰਦੇ ਚੁਣੇ ਜਾਣੇ ਆ ਪਰ ਚੰਗੇ ਤਾਂ ਹੋਣ। ਇਹ ਗੱਲ ਸੁਣ ਕੇ ਮਿਸਟਰ ਕੇਜਰੀਵਾਲ ਆਪਣੀ ਸੀਟ ਤੋਂ ਉੱਠ ਕੇ ਪਿੱਛੇ ਚਲੇ ਗਏ ਸੀ, ਸ਼ਾਇਦ ਉਹਨਾਂ ਦਾ ਰੈਜੀਡੈਂਸ ਹੋਏਗਾ ਉੱਥੇ ਆਫਿਸ ਦੇ ਮਗਰਲੇ ਪਾਸੇ, ਮੈਂ ਨਹੀਂ ਗਿਆ ਸੀ ਉਦੋਂ, ਮੈਨੂੰ ਉੱਥੋਂ ਫੋਨ ਕਰਕੇ ਉਸੇ ਵੇਲੇ ਪਤਾ ਲੱਗ ਗਿਆ ਸੀ ਵੀ ਆਹ ਗੱਲ ਹੋਈ ਆ। ਨਹੀਂ ਪਰ ਇਸ ਤੋਂ ਇਲਾਵਾ ਹੋਰ ਕਿੰਨੇ ਕੁ ਜਿਹੜੇ ਵਿਧਾਇਕ ਚੁਣੇ ਗਏ ਨੇ ਆ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਆਮ ਆਦਮੀ ਪਾਰਟੀ ਤੋਂ, ਉਹਨਾਂ ਦੇ ਖਿਲਾਫ ਵੀ ਇਹ ਦੋਸ਼ ਇਸ ਤਰ੍ਹਾਂ ਦੇ ਪਹਿਲਾਂ ਕੋਈ ਆਏ ਸੀ ਔਰ ਨਹੀਂ ਸੁਣਵਾਈ ਹੋਈ? ਹਾਂ, ਉਹਦੇ ਵਿੱਚ ਉਦੋਂ ਨਾ ਪੰਜ ਛੇ ਜਾਣਿਆਂ ਦੇ ਲਈ ਦੋਸ਼ ਸੀਗੇ, ਬਟ ਬਹੁਤੇ ਦੋਸ਼ ਜਿਹੜੇ ਸੀ ਕਿਸੇ 'ਚ ਐਵੀਡੈਂਸ ਸੀਗਾ, ਕਿਸੇ ਦੇ ਵਿੱਚ ਰੈਫਰੈਂਸ ਸੀਗਾ, ਕਿਸੇ ਦੇ ਵਿੱਚ ਏਰੀਏ ਵਾਲਿਆਂ ਦੀ ਗਵਾਹੀ ਸੀ ਵੀ ਮਾੜਾ ਬੰਦਾ ਆ, ਜਾਂ ਕੁਛ ਹੋਰ ਡਾਕੂਮੈਂਟਸ ਨੂੰ ਲੈ ਕੇ ਕਈਆਂ ਦੇ ਇਸ਼ੂ ਸੀ। ਬਟ ਓਬਵੀਅਸਲੀ ਜਦੋਂ ਆਪਾਂ ਕਿਸੇ ਵੀ ਇਸ਼ੂ ਨੂੰ ਰੇਸ ਕਰਦੇ ਹਾਂ, ਸਾਡਾ ਫਰਜ਼ ਬਣਦਾ ਕਿ ਵਿਰੋਧ ਕਰਨਾ ਹੀ, ਵਿਰੋਧ ਨਹੀਂ ਹੋਣਾ ਚਾਹੀਦਾ, ਜ਼ੀਰੋ ਟੋਲਰੈਂਸ ਕੁਛ ਜਗ੍ਹਾ 'ਤੇ ਹੋਣੀ ਚਾਹੀਦੀ ਆ, ਜਿਵੇਂ ਕਿ ਰੇਪ ਹੋ ਗਿਆ, ਬੱਚਿਆਂ ਦੇ ਨਾਲ ਮਾੜਾ ਕੰਮ ਹੋ ਗਿਆ, ਮਰਡਰ ਹੋ ਗਿਆ, ਵੱਡੇ ਕ੍ਰਾਈਮ ਹੋ ਗਏ, ਤਾਂ ਸ਼ਾਇਦ ਉੱਥੇ ਇੱਕ ਲਾਈਨ ਖਿੱਚਣੀ ਜ਼ਰੂਰ ਬਣਦੀ ਹੈ। ਪਰ ਕੀ ਕਾਰਨ ਰਿਹਾ ਹੋਣਾ ਹੈ ਜੇ ਇੰਨੇ ਵੱਡੇ ਦੋਸ਼ ਲੱਗੇ ਸੀ, ਕੇਜਰੀਵਾਲ ਨੇ ਉਹਦੀ ਸੁਣਵਾਈ ਤੱਕ ਨਹੀਂ ਕੀਤੀ? ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਕੀਤਾ ਹੋਣਾ, ਕਿਉਂ ਅਮਰਜੀਤ ਸੰਧਵਾ ਨੂੰ ਹੀ ਉੱਥੋਂ ਟਿਕਟ ਦਿੱਤੀ ਗਈ, ਐਸਾ ਕੀ ਹੋਇਆ ਹੋਣਾ? ਉਹਦਾ ਸਿੱਧਾ ਪੱਧਰਾ ਕਾਰਨ ਇਹ ਹੈ ਜੀ, ਹਮੇਸ਼ਾ ਹੀ ਬੰਦੇ ਨੂੰ ਆਪਣੇ ਯੈਸ ਮੈਨ ਪਾਰਟੀ ਦੇ ਵਿੱਚ ਰੱਖਣ ਦੀ ਲੋੜ ਪੈਂਦੀ ਆ, ਅਤੇ ਐਡਾ ਵੱਡਾ ਰੈਵੋਲਿਊਸ਼ਨ ਇੱਥੋਂ ਉੱਠਿਆ, ਉਸ ਚੀਜ਼ ਨੂੰ ਇਹਨਾਂ ਨੇ ਇਗਨੋਰ ਕਰਕੇ ਕੋਸ਼ਿਸ਼ ਕੀਤੀ ਵੀ ਇਹਦੇ ਵਿੱਚ ਬੰਦੇ ਤਾਂ ਜਿੱਤਣੇ ਹੀ ਆ, ਪਰ ਇੱਕ ਕਲੋਨੀਅਲ ਮਾਇੰਡ ਸੈੱਟ ਵੀ ਦਿੱਲੀ ਬਹਿ ਕੇ ਪੰਜਾਬ ਰਾਜ ਕਰਾਂਗੇ, ਅਤੇ ਜ਼ਿਆਦਾ ਕਾਰਨ ਇਹੀ ਹੈ ਵੀ ਆਪਣਾ ਬੰਦਾ ਉੱਥੇ ਪਲਾਂਟ ਕਰਨਾ, ਆਪਣਾ ਬੰਦਾ ਭੇਜਣਾ, ਇਹ ਮਜਬੂਰੀ ਸੀ ਉਹਨਾਂ ਦੀ। ਤੁਹਾਡੇ ਬਾਰੇ ਵੀ ਇਹ ਬਹੁਤ ਚਰਚਾ ਹੁਣ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਕਿ ਸ਼ਾਇਦ ਤੁਸੀਂ, ਕਿਉਂਕਿ ਕੁਲਤਾਰ ਸਿੰਘ ਸੰਧਵਾਂ ਦਾ ਸੁਖਪਾਲ ਸਿੰਘ ਖਹਿਰਾ ਦੇ ਵਰਸਿਸ ਇੱਕ ਮੰਨਿਆ ਜਾ ਰਿਹਾ ਕਿ ਇੱਕ ਜਿਹੜੀ ਪੂਲਿੰਗ ਹੋ ਰਹੀ ਹੈ ਪਾਰਟੀ ਦੇ ਅੰਦਰ ਹੀ, ਕਿਹਾ ਜਾ ਰਿਹਾ ਕਿ ਤੁਸੀਂ ਵੀ ਉਸੇ ਦੇ ਪਾਰਟ ਹੈਗੇ ਹੋ, ਤੁਹਾਨੂੰ ਵੀ ਕੁਲਤਾਰ ਸਿੰਘ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਿਤੇ ਨਾ ਕਿਤੇ ਜਿਹੜਾ ਇੱਕ ਪਲਾਂਟ ਕਰਕੇ ਔਰ ਇਸ ਤਰ੍ਹਾਂ ਦੀ ਕਾਰਵਾਈ ਕਰਵਾਈ ਗਈ ਹੈ ਤਾਂ ਜੋ ਕੁਲਤਾਰ ਸਿੰਘ ਦੇ ਖਿਲਾਫ ਇਹ ਸਾਰਾ ਕੁਛ ਹੋ ਸਕੇ? ਮੈਂ ਕਦੇ ਵੀ ਸੁਖਪਾਲ ਸਿੰਘ ਖਹਿਰਾ ਜੀ ਨੂੰ ਮਿਲਿਆ ਨਹੀਂ, ਮੈਂ ਕੁਛ ਚੰਗੇ ਲੀਡਰ ਆ ਉਹਨਾਂ ਦੀ ਦਿਲੋਂ ਰਿਸਪੈਕਟ ਕਰਦਾ ਹਾਂ, ਧਰਮਵੀਰ ਗਾਂਧੀ ਜੀ ਹੈ, ਛੋਟੇਪੁਰ ਜੀ ਹੈ, ਸਿਮਰਜੀਤ ਸਿੰਘ ਬੈਂਸ ਆ, ਔਰ ਮਿਸਟਰ ਸਿੱਧੂ ਆ, ਅਕਰੋਸ ਦੀ ਪਾਰਟੀ ਲਾਈਨ ਬਹੁਤ ਲੀਡਰ ਹੋ ਸਕਦੇ ਆ ਜਿਨ੍ਹਾਂ ਦੀ ਮੈਂ ਰਿਸਪੈਕਟ ਕਰਦਾ। ਮੇਰਾ ਉਹਨਾਂ ਨਾਲ ਕਦੇ ਪਰਸਨਲ ਮੇਲ ਨਹੀਂ ਹੋਇਆ, ਮੇਰੀ ਟੈਲੀਫੋਨ ਡਿਟੇਲ, ਕਾਲ ਡਿਟੇਲ। ਤੁਸੀਂ ਇੰਨੇ ਵੱਡੇ ਅਹੁਦਿਆਂ 'ਤੇ ਰਹੇ ਹੋ ਪਾਰਟੀ ਦੇ ਵਿੱਚ, ਤੁਹਾਡਾ ਕਦੇ ਮੇਲ ਮਿਲਾਪ ਨਹੀਂ ਹੋਇਆ? ਨਹੀਂ, ਮੇਲ ਮਿਲਾਪ ਨਹੀਂ ਹੋਇਆ ਜੀ। ਮੈਂ ਹੋ ਸਕਦਾ ਜਦੋਂ ਉਹ ਪਾਰਟੀ 'ਚ ਆਏ ਆ ਜਾਂ ਮੈਂ ਉਦੋਂ ਛੱਡ ਗਿਆ ਹੋਊਗਾ, ਮੈਂ 20 ਸਤੰਬਰ ਨੂੰ 2016 ਇਲੈਕਸ਼ਨ ਤੋਂ ਪਹਿਲਾਂ ਪਾਰਟੀ ਜਿਹੜੀ ਹੈ ਛੱਡ ਦਿੱਤੀ ਸੀ। ਉਸ ਹਿਸਾਬ ਨਾਲ ਦਿੱਲੀ ਕੇਜਰੀਵਾਲ ਹੋਣਾ ਨਾਲ ਵੀ ਕੋਈ ਸੰਬੰਧ ਨਹੀਂ? ਨਹੀਂ, ਮੇਰਾ ਆਮ ਆਦਮੀ ਪਾਰਟੀ 'ਚ ਕੋਈ ਲਿੰਕ ਨਹੀਂ ਔਰ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ। ਕਿਸੇ ਹੋਰ ਪਾਰਟੀ ਦੇ ਨਾਲ, ਅਕਾਲੀ ਦਲ ਦੇ ਨਾਲ, ਕਾਂਗਰਸ ਦੇ ਨਾਲ ਕੋਈ ਸੰਬੰਧ ਹੋ? ਨਹੀਂ ਜੀ, ਉਹਨਾਂ ਨਾਲ ਤਾਂ ਵੱਖਰੀ ਲੜਾਈ ਅਕਾਲੀ ਦਲ ਵਾਲਿਆਂ ਨਾਲ ਵੈਸੇ ਚੱਲਦੀ ਹੈ, ਉਹਨਾਂ ਨਾਲ ਤਾਂ ਅਸੀਂ ਬਹੁਤ ਸਾਲਾਂ ਤੋਂ ਵੈਸੇ ਲੜਦੇ ਪਏ ਹਾਂ ਪੰਜਾਬ 'ਚ, ਉਹਨਾਂ ਨੇ ਰਾਜ ਕੀਤਾ ਔਰ ਉਹਦੀ ਵੀ ਆਪਾਂ ਜਿੱਥੇ ਨਿਖੇਧੀ ਕਰਨੀ ਬਣਦੀ ਹੈ। ਮੇਰਾ ਬੜਾ ਓਪਨ ਸੋਸ਼ਲ ਮੀਡੀਆ ਅਕਾਊਂਟ ਆ, ਤੁਸੀਂ ਦੇਖ ਸਕਦੇ ਹੋ, ਅਤੇ ਮੈਂ ਕੋਈ ਹੋਰ ਪਾਰਟੀ ਕਦੇ ਵੀ ਨਹੀਂ ਜੁਆਇਨ ਕੀਤੀ, ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਵੀ ਨਹੀਂ ਕੀਤੀ ਅਤੇ ਬਾਅਦ 'ਚ ਵੀ ਨਹੀਂ ਕੀਤੀ। ਤੁਹਾਨੂੰ ਲੱਗਦਾ ਕਿ ਇਹਦਾ ਹੁਣ ਇਹ ਦੇਸ਼ ਦੀ ਸਾਖ ਦੀ ਅਸੀਂ ਗੱਲ ਕਰ ਰਹੇ ਸੀ, ਇਹਦੇ ਨਾਲ ਬਹੁਤ ਨੁਕਸਾਨ ਹੋਊਗਾ, ਪੂਰੀ ਦੁਨੀਆ ਦੇ ਵਿੱਚ ਗਏ ਕਿ ਭਾਰਤ ਦੇ, ਪੰਜਾਬ ਦੇ ਇਲੈਕਟਡ ਮੈਂਬਰਸ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਗਿਆ? ਨਹੀਂ, ਮੇਰੇ ਹਿਸਾਬ ਨਾਲ ਨੁਕਸਾਨ ਨਹੀਂ ਹੋਊਗਾ ਜੀ, ਫਾਇਦਾ ਹੋਊਗਾ। ਜਦੋਂ ਕਿਸੇ ਪੋਲੀਟੀਕਲ ਪਾਰਟੀ ਨੂੰ ਲੱਗੇਗਾ ਵੀ ਹੁਣ ਬੰਦੇ ਸਾਡੇ ਜਿੱਤਣੇ ਨੇ ਜਾਂ ਹਾਰਨੇ ਆ, ਐਟਲੀਸਟ ਉਹਨੂੰ ਚੂਜ਼ ਕਰਨ ਲੱਗਿਆਂ ਕੋਈ ਬੇਸਿਕ ਐਫੀਡੇਵਿਟ ਲੈਣਗੇ ਜਾਂ ਉਸ ਚੀਜ਼ ਦਾ ਖਿਆਲ ਰੱਖਣਗੇ ਵੀ ਕੱਲ੍ਹ ਨੂੰ ਇਸ ਕਰਕੇ ਐਂਬੈਰਸਮੈਂਟ ਹੋ ਸਕਦੀ ਹੈ, ਕਿਸੇ ਮਾੜੇ ਬੰਦੇ ਦਾ ਪਤਾ ਲੱਗਣਾ ਲੋਕਾਂ ਨੂੰ ਜਾਂ ਫੜਿਆ ਜਾਣਾ, ਉਹਦੇ 'ਚ ਦੇਸ਼ ਦੀ ਐਂਬੈਰਸਮੈਂਟ ਨਹੀਂ ਆ। ਐਂਬੈਰਸਮੈਂਟ ਪੋਲੀਟੀਕਲ ਪਾਰਟੀ ਦੀ ਹੋ ਸਕਦੀ ਹੈ, ਪਾਰਟੀ ਦੇ ਲੀਡਰ ਦੀ ਜ਼ਰੂਰ ਹੋ ਸਕਦੀ ਹੈ। ਠੀਕ ਹੈ, ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਸੋ ਮੱਚ। ਇਹ ਸਨ ਅਮਨਦੀਪ ਸਿੰਘ ਬੈਂਸ ਸਾਹਿਬ, ਜਿਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ਸਾਖ ਵਾਸਤੇ ਉਹਨਾਂ ਨੇ ਇਹ ਜਿਹੜੀ ਚਿੱਠੀ ਸੀ ਉਹ ਲਿਖੀ ਸੀਗੀ ਕੈਨੇਡਾ ਦੀ ਸਰਕਾਰ ਨੂੰ, ਔਰ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ ਅਗਾਹ ਕਰ ਚੁੱਕੇ ਸੀ ਉਹ ਕਿ ਇਹ ਪੂਰੇ ਮਾਮਲੇ ਦੇ ਵਿੱਚ ਸੰਧਵਾ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਔਰ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਹਾਲਾਂਕਿ ਕੁਰਤਾਰ ਸਿੰਘ ਸੰਧਵਾ ਦੇ ਖਿਲਾਫ਼ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਲੈਟਰ ਜਿਹੜਾ ਉਹ ਨਹੀਂ ਲਿਖਿਆ, ਸਿਰਫ ਅਮਰਜੀਤ ਸਿੰਘ ਸੰਧਵਾ ਦੇ ਖਿਲਾਫ਼ ਲਿਖਿਆ ਗਿਆ, ਪਰ ਰਿਪੋਰਟ ਜਿਹੜੇ ਕੀਤੇ ਗਏ ਨੇ, ਕਿਹਾ ਜਾ ਰਿਹਾ ਰਿਪੋਰਟ ਹਾਲਾਂਕਿ ਏਅਰਪੋਰਟ ਤੋਂ ਵਾਪਸ ਭੇਜ ਦਿੱਤੇ ਗਏ ਨੇ ਦੇਸ਼ ਦੇ ਵਿੱਚ, ਕੈਨੇਡਾ ਦੇ ਵਿੱਚ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ। ਕੈਮਰਾ ਪਰਸਨ ਰੋਹਿਤ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ।